ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਬੰਦੇ ਦੇ ਪੁੱਤਰ ਨਹੀਂ ਹੈਗੇ ਓਨਾ ਚਿਰ ਤੁਸੀਂ ਇਸਲਾਮ ਨਹੀਂ ਕਬੂਲ ਕਰ ਸਕਦੇ। ਇਹ ਬੰਦੇ ਦੇ ਪੁੱਤਰ ਬਣਨ ਲਈ ਇਹ ਕਾਬਾ ਹੈਗਾ। ਹੱਜ ਉਹ ਜਿਹੜੇ ਹੁੰਦੇ ਸੀ ਪਹਿਲਾਂ, ਇਹ ਹੱਜ ਜਿਹੜਾ 12 ਤੋਂ 16 ਸਾਲ ਦੇ ਮੁੰਡਿਆਂ ਲਈ ਹੁੰਦਾ ਸੀ, ਇਹ ਹੱਜ ਸ਼ਰੀਅਤ ਦਾ ਹੈਗਾ। ਇਹ ਹਰ ਤਰੀਕਤ ਦਾ ਨਹੀਂ ਹੈਗਾ। ਤਰੀਕਤ ਦਾ ਹੱਜ ਇੱਥੇ ਹੁੰਦਾ ਦਿੱਲੀ 'ਚ, ਇਹ ਸ਼ਰੀਕਤ ਦਾ ਹੈਗਾ। ਉਹ 12 ਤੋਂ 16 ਸਾਲ ਦੇ ਮੁੰਡੇ ਕਰਦੇ ਸੀ, ਕੁੜੀਆਂ ਨਹੀਂ ਸੀ ਕਰਦੀਆਂ, ਕਿਉਂ ਆਦਮ ਦੇ ਵਿੱਚ ਨਿਸ਼ਾਨ ਜਿਹੜਾ ਹੈਗਾ ਉਹ ਮੁੰਡੇ 'ਚ ਹੁੰਦਾ ਹੈਗਾ। ਮੁੰਡਾ ਉਹ ਜਿਹੜਾ ਹੁੰਦਾ ਪੁੱਤਰ ਹੁੰਦਾ ਆਦਮੀ ਦਾ। ਔਰਤ 'ਚ ਕੋਈ ਬੀਜ ਨਹੀਂ ਹੁੰਦਾ। ਔਰਤ ਇੱਕ ਕਿਸਮ ਦੀ ਧਰਤੀ ਹੈਗੀ, ਬੀਜ ਸਿੱਟੋ ਅਤੇ ਵਿੱਚੋਂ ਪੌਦਾ ਨਿਕਲੇ ਆਉਂਦਾ। ਪੌਦਾ ਉਹ ਹੋਏਗਾ ਜਿਹੜਾ ਬੀਜ ਦਾ ਹੋਏਗਾ। ਬੀਜ ਜਿਹੜਾ ਹੈਗਾ ਉਹ ਆਦਮੀ ਦਾ ਹੈਗਾ। ਇਸ ਕਰਕੇ ਇਹ ਜਿਹੜਾ ਹੈਗਾ ਆਪਣੇ ਇਸਲਾਮ ਜਿਹੜਾ ਹੈਗਾ ਇਹ ਹੈਗਾ, ਆਹ ਜਿਹੜਾ ਅੱਜ ਕੱਲ੍ਹ ਹੈਗਾ ਇਹ ਮੁੱਲਾ ਦਾ ਇਸਲਾਮ ਹੈਗਾ, ਜਿਹਦੇ 'ਚ ਇਹ ਕਾਬਾ ਨੂੰ ਖੱਬੇ ਹੱਥ ਰੱਖ ਕੇ ਪਰਕਰਮਿਆ ਕਰਦੇ ਨੇ। ਇਹ ਸ਼ੈਤਾਨ ਦਾ ਇਸਲਾਮ ਹੈਗਾ। ਆਹ ਹੈਗਾ ਨਾ, ਅਤੇ ਆਹ ਹੈਗਾ ਮੁੱਲਾ। ਮੁੱਲਾ ਜਿਹੜਾ ਚੰਦ ਹੈਗਾ, ਜਿਹੜਾ ਅੱਲਾ ਹੈਗਾ ਉਹ ਸੂਰਜ ਹੈਗਾ। ਇੱਥੇ ਇਨਸ਼ਾਲਾ ਚੱਲਦੀ ਹੈਗੀ, ਇੱਥੇ ਇਨਸ਼ ਮੁੱਲਾ ਚੱਲਦੀ ਹੈਗੀ। ਉਹਦੇ ਫਤਵੇ ਅਤੇ ਉਹਦੀਆਂ ਜਿਹੜੀ ਸ਼ਰੀਆ ਚੱਲਦੀ ਹੈਗੀ, ਇੱਥੇ ਸ਼ਰੀਆ ਚੱਲਦੀ ਹੈਗੀ, ਇੱਥੇ ਨਹੀਂ ਚੱਲਦੀ ਸ਼ਰੀਆ ਅੱਲਾ ਦੇ ਵਿੱਚ। ਅੱਲਾ 'ਚ ਅੱਲਾ ਹੈਗੇ ਰੂਹ ਹੈਗੀ, ਨੂਰ ਹੈਗਾ, ਨੂਰ 'ਤੇ ਨਹੀਂ ਚੱਲਦਾ। ਤੁਸੀਂ ਦੇਖਿਆ ਹੋਣਾ ਕਿ ਇੰਡੀਆ ਜਿਹੜੇ ਹੈਗੇ ਨੇ ਨੰਗੇ ਸਾਧੂ ਜਿਹੜੇ ਹੈਗੇ ਨੇ ਉਹ ਬਾਹਰ ਰਹਿੰਦੇ ਨੇ, ਆਪਣੇ ਬਸਤੀਆਂ 'ਚ ਨਹੀਂ ਰਹਿੰਦੇ। ਉਹਨਾਂ 'ਤੇ ਸ਼ਰੀਆ ਨਹੀਂ ਅਪਲਾਈ ਕਰਦੀ, ਕਿ ਉਹ ਪਿਓਰਲੀ ਸਪਿਰਚੁਅਲ ਹੈਗੇ ਨੇ, ਉਹ ਰੂਹਾਨੀ ਹੈਗੇ ਨੇ। ਉਹਨਾਂ ਦਾ ਇਹਨਾਂ ਇਸ ਦੁਨੀਆ ਨਾਲ ਕੋਈ ਤਲਕ ਨਹੀਂ। ਉਹਨਾਂ ਦੀ ਕੋਈ ਕੌਮ ਨਹੀਂ ਹੁੰਦੀ, ਕੋਈ ਜਾਤ ਨਹੀਂ ਹੁੰਦੀ। ਉਹਨਾਂ ਦੀ ਜਾਤ ਹੈਗੀ ਅਮਲਾਂ ਦੀ, ਜਿੱਦਾਂ ਦੇ ਅਮਲ ਉੱਦਾਂ ਦੀ ਜਾਤ। ਜਿਹੜੇ ਅਸੀਂ ਬੰਦੇ ਆ, ਸਾਡੀ ਜਨਮ ਜਿਹੜੀ ਜਾਤ ਹੈਗੀ ਜਨਮ ਨਾਲ, ਜਾਤ ਦੀ ਪਛਾਣ ਜਨਮ ਨਾਲ ਹੈਗੀ, ਵੀ ਆਹ ਫਲਾਣੇ ਦਾ ਪੁੱਤਰ ਹੈ, ਫਲਾਣਾ ਨਿੱਜਰ ਜੱਟ ਦਾ ਪੁੱਤਰ ਹੈਗਾ, ਯਾਨੀ ਨਿੱਜਰ ਜੱਟ ਦੀ ਸੱਟ ਹੈਗਾ ਮੈਂ। ਅਤੇ ਇਸ ਕਰਕੇ ਆਪਣਾ ਤੁਸੀਂ ਪਿਓ ਨਾ ਭੁੱਲੋ। ਜੇ ਪਿਓ ਯਾਦ ਰੱਖੋਗੇ ਤਾਂ ਫਿਰ ਤੁਸੀਂ ਅੱਲਾ ਦੇ ਪੁੱਤਰ ਬਣੋਗੇ। ਬਾ ਇੱਲਾ ਬਾ ਅੱਲਾ, ਲਾ ਇੱਲਾ ਲਾ ਲਾ ਅੱਲਾ, ਲਾ ਅੱਲਾ ਹੋਇਆ ਅਤੇ ਸ਼ੈਤਾਨ ਦੇ ਪੁੱਤਰ। ਇਹ ਫਿਰ ਤੁਸੀਂ ਇਹਦੇ ਥੱਲੇ ਆ ਗਏ। ਇਹ ਹੈਗਾ ਇਸਲਾਮ ਇੰਸ਼ ਮੁੱਲਾ ਦਾ, ਆਹ ਹੈਗਾ ਇਸਲਾਮ ਇੰਸ਼ ਅੱਲਾ ਦਾ। ਅਤੇ ਅੱਲਾ 'ਚ ਰੂਹ ਹੋਣ ਕਰਕੇ ਉਹਦਾ ਜਿਹੜਾ ਇਸਲਾਮ ਹੈਗਾ ਉਹ ਆਹ ਹੈਗਾ ਕਿ ਇੱਥੇ ਜਿਹੜੀ ਹੈਗੀ ਬੰਦੇ ਨੇ ਆਪਣੀ ਜਿਹੜੀ ਨਾ ਤੁਖਮ ਬੀਜ, ਉਹ ਬੀਜਣਾ ਹੈਗਾ ਇੱਥੇ, ਉਹਦਾ ਨਾਸ਼ ਕਰਨਾ ਹੈਗਾ ਆਪਣੀ ਹੋਮੇ ਖੁਦੀ ਨੂੰ। ਖੁਦੀ ਕੋ ਕਰ ਬੁਲੰਦ ਇਤਨਾ ਕਿ ਅੱਲਾ ਆਦਮੀ ਸੇ ਪੁੱਛੇ ਤੇ ਤੇਰੀ ਰਜ਼ਾ ਕਿਆ ਹੈ। ਇੱਥੇ ਖੁਦੀ ਨੂੰ ਉਹਨੇ ਤਬਾਹ ਕਰਨਾ ਹੈਗਾ। ਜਿੱਦਾਂ ਬੀਜ ਆਪਾਂ ਬੀਜੀਦੇ ਨਾ ਖੇਤ 'ਚ, ਬੀਜ ਤਬਾਹ ਹੋ ਜਾਂਦਾ ਤਾਂ ਉੱਥੇ ਪੌਦਾ ਉੱਗ ਜਾਂਦਾ, ਉਹ ਪੌਦਾ ਜਿਹੜਾ ਉਹ ਫਲ ਲਿਆਉਂਦਾ ਹੈਗਾ। ਇਸ ਕਰਕੇ ਜਿਹੜਾ ਫਲ ਲਿਆਉਣਾ ਉਹਨੂੰ ਕਹੀਦਾ ਟਵਾਈਸ ਬੋਰਨ, ਦਵੀਜਾ, ਦੋ ਵਾਰੀ ਪੈਦਾ ਹੋਇਆ, ਉਹ ਹੁੰਦਾ ਅੱਲਾ ਦਾ ਪੁੱਤਰ। ਉਹ ਇਸ ਅੰਦਰ ਜਾ ਸਕਦਾ ਹੈਗਾ ਇਸ ਅੱਲਾ ਦੇ ਦਰਬਾਰ 'ਚ। ਇਹ ਅੰਦਰਾਂ ਦਰਬਾਰ ਹੈਗਾ, ਇਹਦੇ 'ਚ ਤੁਸੀਂ ਵੜ ਜਾਓ, ਤੁਹਾਨੂੰ ਸ਼ੈਤਾਨ ਨਹੀਂ ਜੋ ਸਕਦਾ, ਯਾਨੀ ਕਿ ਸ਼ੈਤਾਨ ਤੁਹਾਨੂੰ ਕੁਛ ਨਹੀਂ ਕਰ ਸਕਦਾ। ਸਾਰਿਆਂ ਨਾਲ ਜਿਹੜੀ ਸਿਫਟ ਪਲੇਸ ਸੀਗੀ ਅੱਲਾ ਦੀ ਆਹ ਹੈਗੀ। ਇੱਥੇ ਜਿਹੜਾ ਹੈਗਾ ਤੁਸੀਂ ਤੁਹਾਡੀ ਰੂਹ ਜਿਹੜੀ ਹੈਗੀ ਉਹ ਗਿਣੀ ਜਾਂਦੀ, ਨਾ ਕਿ ਜਿਸਮ, ਕਿਉਂ ਅੱਲਾ ਨੂਰ ਹੈਗਾ। ਔਰਤ ਵੀ ਅੱਲਾ ਦਾ ਪ੍ਰਚਾਰ ਕਰ ਸਕਦੀ ਹੈਗੀ, ਉਹ ਵੀ ਅੱਲਾ ਦੀ ਭਗਤ ਬਣ ਸਕਦੀ ਹੈਗੀ, ਉਹਦੇ 'ਚ ਵੀ ਉਹੀ ਜਾਨ ਹੈਗੀ ਜਿਹੜੀ ਆਦਮੀ 'ਚ ਹੈਗੀ। ਇਸ ਕਰਕੇ ਇੱਥੇ ਆਦਮੀ ਅਤੇ ਔਰਤ ਇੱਕ ਬਰਾਬਰ ਹੈਗੇ ਨੇ, ਕਿਉਂ ਇੱਥੇ ਤੁਹਾਡੀ
ਜਿਸਮ ਨਹੀਂ ਗਿਣਿਆ ਜਾਂਦਾ, ਇੱਥੇ ਤੁਹਾਡੀ ਰੂਹ ਗਿਣੀ ਜਾਂਦੀ ਹੈਗੀ, ਇੱਥੇ ਤੁਹਾਡਾ ਜਿਸਮ ਗਿਣਿਆ ਜਾਂਦਾ ਹੈਗਾ ਥੱਲੇ, ਜਿਹੜਾ ਹੈਗਾ ਆਹ ਜਿਹੜਾ ਹੈਗਾ ਜੌਨ ਦੀ ਬਾਪਟਿਸਟ, ਇਹ ਇੱਕ ਮੁੱਲਾ ਸੀਗਾ, ਆਈਡੀਅਲ ਮੁੱਲਾ, ਇਹਨੂੰ ਪ੍ਰੋਫਿਟ ਕਹਿੰਦੇ ਨੇ, ਪ੍ਰੋਫਿਟ। ਇੱਥੇ ਹੈਗੇ ਨੇ ਸਨ ਹੈਗੇ, ਇੱਥੇ ਉਹਦੇ ਪੁੱਤਰ ਹੈਗੇ ਨੇ ਸ਼ਾਹ ਸ਼ਮਸ ਤਬਰੇਜ਼ੀ, ਉਹ ਇੱਦਾਂ ਦਾ ਸੀਗਾ ਮੁਸਲਮਾਨ। ਇੱਥੇ ਵੜਨ ਲਈ ਤੁਹਾਨੂੰ ਚਾਰ ਚੀਜ਼ਾਂ ਚਾਹੀਦੀਆਂ ਨੇ, ਤੁਹਾਡੇ 'ਚ ਹਯਾ ਹੋਵੇ, ਸੱਚ ਬੋਲੋ, ਸੰਤੋਖੀ ਹੋਵੋ ਅਤੇ ਦਇਆਵਾਨ ਹੋਵੋ। ਚਾਰ ਚੀਜ਼ਾਂ ਹੋਣ ਤਦ ਤੁਸੀਂ ਮੁਸਲਮਾਨ ਬਣਦੇ ਆ। ਅੱਲਾ ਜਿਹੜਾ ਹੈਗਾ ਅਲ ਰਹੀਮ ਹੈਗਾ, ਅਲ ਰਹੀਮ, ਜੇ ਤੁਹਾਡੇ 'ਚ ਰਹਿਮ ਦਿਲ ਹੈਗਾ ਤੁਸੀਂ ਅੱਲਾ ਦੇ ਪੁੱਤਰ ਹੈਗੇ ਆ। ਜਿਹੜਾ ਅੱਲਾ ਦਾ ਪੁੱਤਰ ਹੁੰਦਾ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਜਿਹੜਾ ਸ਼ੈਤਾਨ ਦਾ ਪੁੱਤਰ ਹੈਗਾ ਉਹ ਕਰਦਾ ਹੈਗਾ। ਇਹ ਮੁੱਲਾ ਅਤੇ ਇਹ ਜਿਹੜੇ ਤਾਲਿਬਾਨ, ਇਹ ਦੋਨੋਂ ਹੀ ਸ਼ੈਤਾਨ ਦੇ ਪੁੱਤਰ ਹੈਗੇ ਨੇ, ਅਤੇ ਇਹਨਾਂ ਨੇ ਤਬਾਹੀ ਕਰਨੀ ਹੈਗੀ ਹੁਣ ਦੁਨੀਆ 'ਚ। ਜੇ ਉਹਨਾਂ ਤੋਂ ਬਚਣਾ ਹੈਗਾ ਤਾਂ ਤੁਸੀਂ ਅੱਲਾ ਦਾ ਘਰ ਢੂੰਡੋ, ਅੱਲਾ ਦੇ ਘਰ 'ਚ ਵੜੋ ਅਤੇ ਅੱਲਾ ਦਾ ਪ੍ਰਚਾਰ ਕਰੋ, ਨੂਰ ਦਾ। ਜਦੋਂ ਨੂਰ ਦਾ ਪ੍ਰਚਾਰ ਕਰੋਗੇ ਤਾਂ ਤੁਸੀਂ ਉਹਨੂੰ ਰਿਪ੍ਰਜੈਂਟ ਕਰਦੇ ਹਾਂ, ਉਹਦੇ ਐਂਬੈਸਡਰ ਬਣ ਜਾਂਦੇ ਹਾਂ। ਤਦ ਤੁਸੀਂ ਉਹਦੇ ਪੁੱਤਰ ਹੈਗੇ, ਜਿੱਦਾਂ ਸ਼ਾਹ ਸ਼ਮਸ ਤਬਰੇਜ਼ੀ ਉਹਦਾ ਪੁੱਤਰ ਸੀਗਾ ਅੱਲਾ ਦਾ। ਮੁੱਲ ਇੱਥੇ ਸ਼ਰੀਆ ਨਹੀਂ ਲੱਗਦੀ, ਇਸ ਕਰਕੇ ਸ਼ਾਹ ਸ਼ਮਸ ਤਬਰੇਜ਼ੀ ਕਹਿੰਦਾ ਵੀ ਸ਼ਰੀਆ ਨਹੀਂ ਲੱਗਦੀ ਇੱਥੇ ਮੁਸਲਮਾਨ 'ਤੇ, ਰੂਹ 'ਤੇ ਨਹੀਂ ਲੱਗਦੀ, ਜਿਸਮ 'ਤੇ ਲੱਗਦੀ ਹੈਗੀ। ਜਦੋਂ ਉਹਨਾਂ ਨੇ ਮੁੱਲਾਂ ਨੇ ਜ਼ਿਆਦਾ ਤੰਗ ਕੀਤਾ ਅਤੇ ਉਹਨੇ ਆਪਣੀ ਖੱਲ ਲਾ ਕੇ ਦੇ ਤੇ, ਲਓ ਸ਼ਰੀਆ ਲਾ ਲਓ ਇਹਦੇ 'ਤੇ, ਅਤੇ ਮੈਂ ਉਹਦਾ ਛੋਟਾ ਭਰਾ ਹੈਗਾ, ਮੈਂ ਉੱਥੇ ਮੁਲਤਾਨ ਪੈਦਾ ਹੋਇਆ ਜਿੱਥੇ ਉਹਦੀ ਕਬਰ ਹੈਗੀ, ਸਮਾਧ ਹੈਗੀ। ਉਹਦੀ ਜਿਹੜੀ ਸਪਿਰਿਟ ਸੀਗੀ ਉਹ ਸਪਿਰਿਟ ਕੈਪੀਟਲ ਐਸ ਨਾਲ ਸੀਗੀ, ਵੱਡੀ ਸਪਿਰਿਟ, ਮੇਰੇ 'ਚ ਛੋਟੀ ਹੈਗੀ ਕਾਮਨ ਸੈਂਸ। ਅਤੇ ਤੁਸੀਂ ਅੱਲਾ ਦੀ ਗੁਣ ਗਾਓ, ਅੱਲਾ ਖੁਸ਼ ਹੋਏਗਾ ਤਾਂ ਤੁਹਾਨੂੰ ਉੱਪਰ ਲੈ ਕੇ ਜਾਏਗਾ, ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ। ਅੱਲਾ ਦੀ ਮਰਜ਼ੀ, ਅੱਲਾ ਦੀ ਰਜ਼ਾ ਵਿੱਚ ਰਹੋ। ਅੱਲਾ ਜਿਹੜਾ ਹੈਗਾ ਇੱਥੇ ਹੈਗਾ, ਅੱਲਾ ਬਾਹਰ ਨਹੀਂ ਹੈਗਾ, ਅੱਲਾ ਆਪਣੀ ਮਸੀਤ 'ਚ ਰਹਿੰਦਾ। ਅੱਲਾ ਦੀ ਮਸੀਤ ਹੈਗੀ, ਇਹ ਬਹੁਤ ਖੂਬਸੂਰਤ ਹੈਗੀ। ਇਹ ਜਿਹੜੀਆਂ ਬਾਹਰ ਮਸੀਤਾਂ ਹੈਗੀਆਂ ਨੇ, ਇਹਦਾ ਮੁੱਲਾ ਦੀਆਂ ਮਸੀਤਾਂ ਹੈਗੀਆਂ ਨੇ। ਇਹਨਾਂ ਦੀ ਚਮਤਕਾਰੀ ਜਿਹੜੀ ਆਦਮੀ ਨੇ ਬਣਾਈ ਹੈਗੀ, ਇਹ ਜਿਹੜੀ ਚਮਤਕਾਰੀ ਹੈਗੀ ਇਹ ਖੁਦਾ ਨੇ ਬਣਾਈ ਹੈ, ਕੁਦਰਤ ਖੁਦਾ ਦੀ, ਨੂਰ ਅੱਲਾ ਦਾ। ਆਹ ਜਿਹੜਾ ਸਾਰਾ ਢਾਂਚਾ ਬਣਿਆ ਖੁਦਾ ਦਾ ਹੈਗਾ। ਖੁਦਾ ਨੂੰ ਬ੍ਰਹਮਾ ਕਹਿੰਦੇ ਨੇ ਅਤੇ ਹਿਬਰੂ 'ਚ ਯਾਵੇ ਕਹਿੰਦੇ ਨੇ। ਇਹਨਾਂ ਨੂੰ ਡੈਮੀਅਰ 'ਚ ਕਹੀਦਾ, ਕਿਉਂ ਇਹ ਇੱਕ ਕਿਸਮ ਦਾ ਭਾਂਡਾ ਹੈਗਾ। ਅਤੇ ਇਸ ਦੀ ਲੋਕ ਹੋਮੇ ਕਰਦੇ ਕੇਰੀ, ਇਹਦੀ ਭਾਂਡੇ ਦੀ ਹੋਮੇ ਕਰਦੇ ਕਿ ਮੈਂ ਪਠਾਨ ਹੈਗਾ, ਮੈਂ ਜੱਟ ਹੈਗਾ, ਅਤੇ ਮੈਂ ਫਲਾਨਾ ਹੈਗਾ, ਫਲਾਨਾ ਹੈਗਾ, ਚੂੜਾ ਹੈਗਾ, ਚਮਾਰ ਹੈਗਾ, ਜਾਂ ਕੋਈ ਵੀ ਹੋਇਆ, ਪਠਾਨ ਹੋਇਆ, ਜਾਂ ਇਹਦੀ ਹੋਮੇ ਜਦੋਂ ਕਰਦਾ ਹੈਗਾ ਫਿਰ ਉਹ ਅੱਲਾ ਨਹੀਂ ਤੁਹਾਡੇ ਵਿੱਚ ਹੁੰਦਾ। ਉਹ ਜਿਹੜਾ ਜਿੰਨਾ ਚਿਰ ਤੁਸੀਂ ਖੁਦ ਹੀ ਨੂੰ ਨਾਸ ਨਹੀਂ ਕਰਦੇ, ਖੁਦ ਹੀ ਨੂੰ ਨਾਸ ਨਹੀਂ ਕਰਦੇ, ਉਨਾ ਚਿਰ ਪੌਦਾ ਨਹੀਂ ਬਣਦਾ। ਤੁਸੀਂ ਉਹ ਤੁਖਮ ਨਹੀਂ ਸੁਲਾਈ ਜਾਂਦੇ ਆ, ਮੈਂ ਮੇਰਾ ਪਿਓ ਫਲਾਨਾ ਸੀਗਾ, ਉਹਨੇ ਆਹ ਫਤਿਹ ਕੀਤਾ, ਆਹ ਫਤਿਹ ਕੀਤਾ। ਉਹ ਤੁਸੀਂ ਜਦੋਂ ਕਰਦੇ ਆ ਉਹ ਤੁਸੀਂ ਅੱਲਾ ਦੇ ਘਰ ਨਹੀਂ ਜਾ ਸਕਦੇ। ਅੱਲਾ ਦੇ ਘਰ ਜਾਣਾ ਹੋਵੇ ਤਾਂ ਨਿਮਰਤਾ ਚਾਹੀਦੀ ਹੈਗੀ। ਸਾਰਿਆਂ ਦਾ ਜਿਹੜਾ ਖਾਦਮ ਹੁੰਦਾ ਹੈਗਾ, ਨੌਕਰੀ ਕਰਨ ਵਾਲਾ, ਉਹਨੇ ਸੇਵਾ ਕਰਨ ਵਾਲਾ, ਉਹ ਅੱਲਾ ਦਾ ਪੁੱਤਰ ਹੁੰਦਾ ਹੈਗਾ। ਸ਼ੈਤਾਨ ਜਿਹੜਾ ਉਹ ਆਪਣੀ ਚਲਾਉਂਦਾ ਹੈਗਾ, ਪਰ ਜਿਹੜੇ ਅੱਲਾ ਦੇ ਪੁੱਤਰ ਜਦੋਂ ਬਣ ਜਾ ਉਦੋਂ ਸ਼ੈਤਾਨ ਇੱਥੇ ਤੁਹਾਨੂੰ ਕੁਛ ਨਹੀਂ ਕਹਿ ਸਕਦਾ। ਤਦੇ ਮੁਹੰਮਦ ਸਾਹਿਬ ਕਹਿੰਦੇ ਤੁਸੀਂ ਅੱਲਾ ਦੇ ਘਰ ਜਾਓ, ਅੱਲਾ ਦੇ ਘਰ ਜਾਓਗੇ ਤਾਂ ਸ਼ੈਤਾਨ ਜਿਹੜਾ ਹੈਗਾ ਉਹ ਇੱਥੇ ਅੰਦਰ ਨਹੀਂ ਜਾ ਸਕਦਾ ਇਹਦੇ, ਕਿਉਂ ਸ਼ੈਤਾਨ ਨੂੰ ਇਹ ਘਰ ਲੱਭਣਾ ਹੀ ਨਹੀਂ ਹੈਗਾ। ਸ਼ੈਤਾਨ ਨੂੰ ਤਾਂ ਥੱਲੇ ਦੀ ਦੁਨੀਆ ਚਾਹੀਦੀ ਹੈਗੀ ਜਿੱਥੇ ਲੁੱਟ ਮਾਰ ਹੋਵੇ। ਸ਼ੈਤਾਨ ਨੇ ਲੁੱਟ ਮਾਰ ਕਰਨੀ ਹੈਗੀ ਅਤੇ ਦੁਨੀਆ 'ਤੇ ਉੱਤੇ ਕਬਜ਼ਾ ਕਰਕੇ ਅਤੇ ਰਾਜ ਕਰਨਾ ਹੈਗਾ, ਉਹਨਾਂ ਦਾ ਮਾਲ ਖੋਣਾ ਹੈਗਾ। ਉਹ ਮੁਸਲਮਾਨ ਨਹੀਂ ਹੁੰਦਾ। ਮੁਸਲਮਾਨ ਸਤਿਗੁਰੂ ਨਾਨਕ ਕਹਿੰਦੇ ਮੈਂ ਜੋਰੀ ਮੰਗੇ ਦਾਨ ਵੇ ਲਾ ਲਓ, ਜੋਰੀ ਮੈਂ ਨਾ ਜ਼ਬਰਦਸਤੀ ਵੀ ਦਾਨ ਮੰਗਦਾ ਹੈਗਾ ਵੀ
ਲੁੱਟਦਾ ਲੋਕਾਂ ਨੂੰ ਤੇ ਇਸ ਆਪਣੇ ਤੁਸੀਂ ਬੜੇ ਮੈਂ ਖੁਸ਼ਕਿਸਮਤ ਹੈਗਾ ਕਿ ਮੈਂ ਮੁਲਤਾਨ ਪੈਦਾ ਹੋਇਆ, ਦੂਜਾ ਹੈਗਾ ਪੰਜਾਬ ਵਿੱਚ ਜਿਹੜਾ ਆਪਣੇ ਨਾਨਕ ਜਿਹੜਾ ਸੀ ਉਹ ਸੈਕਿੰਡ ਕਮਿੰਗ ਆਫ ਜੀਜ਼ ਹੈਗਾ, ਦੂਸਰਾ ਆਉਣਾ ਉਹਦਾ। ਇਹ ਹਰਿਮੰਦਰ ਜਿਹੜਾ ਸੀਗਾ ਇਹ ਪਹਿਲਾਂ ਜਰੂਸਲਮ ਹੁੰਦਾ ਸੀਗਾ, ਉਸੇ ਸਾਈਜ਼ ਦਾ ਹਰਿਮੰਦਰ ਇਹ ਹੈਗਾ। ਇੱਥੇ ਇਹਨੂੰ ਪਾਣੀ ਦੇ ਗੱਬੇ ਬਣਾਇਆ, ਕਿਉਂ ਇੰਡੀਆ ਦੇ ਲੋਕ ਜਿਹੜੇ ਜੋਸ਼ੀਲੇ ਬਹੁਤ ਹੈਗੇ ਨੇ, ਜਿੰਨਾ ਚਿਰ ਆਦਮੀ ਠੰਡੇ ਸੁਭਾਅ ਦਾ ਨਹੀਂ ਹੁੰਦਾ ਨਾ ਉਨਾ ਚਿਰ ਆਦਮੀ ਇਹ ਸੁਰਤੀ ਨਹੀਂ ਆਉਂਦੀ ਉਹਨੂੰ। ਜਿੱਦਾਂ ਖੇਤੀ ਕਰਦਾ ਤੇ ਬੌਂਦਲ ਜਾਂਦਾ ਤੇ ਚਬੱਚੇ 'ਚ ਬਹਿ ਕੇ ਕਹਿੰਦਾ ਆਹ ਹੁਣ ਸੁਰਤੀ ਆਈ, ਇਹ ਉਹ ਚਬੱਚਾ ਹੈਗਾ ਹਰਿਮੰਦਰ ਜਿਹੜਾ ਉੱਥੇ ਤਲਾਅ ਹੈਗਾ ਹਰਿਮੰਦਰ ਆਹ ਹੈਗਾ। ਜਿੱਦਾਂ ਉੱਥੇ ਚਬੱਚੇ 'ਚ ਸੁਰਤੀ ਆਉਂਦੀ, ਇੱਦਾਂ ਇਹ ਸੁਰਤੀ ਆਵੇ ਤਾਂ ਫਿਰ ਨਾਮ ਪੱਲੇ ਪੈਂਦਾ ਹੈਗਾ। ਹਰਿਮੰਦਰ ਦੁਨੀਆਂ 'ਚ ਇੱਕ ਹੁੰਦਾ ਹੈਗਾ, ਦੋ ਨਹੀਂ ਹੋ ਸਕਦੇ। ਇਹ ਜਰੂਸਲਮ ਹੁੰਦਾ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਦੁਬਾਰਾ ਬਣਾਉਣ ਦੀ, ਤਿੰਨ ਚਾਰ ਵਾਰੀ ਉਹਨਾਂ ਨੇ ਐਫਰਟ ਕੀਤੀ, ਅੱਗ ਨਿਕਲੀ ਨੀ ਆਈ 'ਚ ਤਾਂ ਉਹਨੇ ਜੁੜਾ ਦਿੱਤਾ ਲੋਕਾਂ ਨੂੰ। ਇਹ ਹੁਣ ਜਿੱਥੇ ਮੌਸਕ ਹੀ ਨਾ ਅਲ ਅਕਸਾ ਉੱਥੇ ਹੁੰਦਾ ਸੀ ਇਹ, ਅਤੇ ਇਹ ਨੀਵੀਂ ਜਗ੍ਹਾ ਹੁੰਦਾ ਹੈਗਾ, ਮੰਦਰ ਉੱਚੀ ਜਗ੍ਹਾ ਹੁੰਦਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਮੈਂ ਦੱਸ ਸਕਦਾ ਹੈਗਾ। ਇਸ ਕਰਕੇ ਜਿਹੜੀਆਂ ਔਰਤਾਂ ਹੈਗੀਆਂ ਨੇ ਉਹ ਆਪਣਾ ਸਿਰ ਚੱਕਣ ਅਤੇ ਅੱਲਾ ਦੇ ਵਿੱਚ ਉਹ ਅੱਲਾ ਦਾ ਪੁੱਤਰ ਬਣਨ। ਅੱਲਾ ਦੀ ਧੀ ਕੋਈ ਨਹੀਂ ਹੈਗੀ, ਧੀ ਜਿਹੜੀ ਹੈਗੀ ਉਹ ਖੁਦਾ ਦੀ ਹੈਗੀ। ਖੁਦਾ ਦੇ ਵਿੱਚ ਹੈਗਾ ਆਦਮੀ ਅਤੇ ਔਰਤ, ਖੁਦਾ ਦੇ ਘਰ 'ਚ ਆਦਮੀ ਜਿਹੜਾ ਉਹ ਘਰ ਦਾ ਮਾਲਕ ਹੈਗਾ ਅਤੇ ਅੱਲਾ ਦੇ ਘਰ ਦੇ ਵਿੱਚ ਦੋਨੋਂ ਇੱਕ ਬਰਾਬਰ ਹੈਗੇ ਨੇ। ਇਸ ਕਰਕੇ ਮਾਥਿਊ ਨੇ ਜਦੋਂ ਜੁਆਇਨ ਕੀਤਾ ਨਾ ਜੀਜ਼ ਨੂੰ, ਉਹਨੇ ਆਪਣਾ ਹਿੱਸਾ ਅੱਧਾ ਗਰੀਬਾਂ ਨੂੰ ਦੇ ਦਿੱਤਾ ਸੀਗਾ, ਅੱਧਾ ਜਿਹੜਾ ਸੀ ਉਹਦੇ ਵਾਈਫ ਦਾ ਸੀਗਾ, ਉਹਦੀ ਔਰਤ ਦਾ, ਉਹਨੂੰ ਨਹੀਂ ਉਹਨੇ ਛੇੜਿਆ। ਇਸ ਕਰਕੇ ਅੱਲਾ ਦੇ ਘਰ 'ਚ ਇੱਕ ਬਰਾਬਰ ਹੁੰਦਾ, ਔਰਤ ਹੋਵੇ ਜਾਂ ਆਦਮੀ ਹੋਵੇ, ਕਿ ਉਹਨਾਂ ਦੋਨਾਂ 'ਚ ਰੂਹ ਇੱਕੋ ਹੁੰਦੀ ਹੈਗੀ। ਅਤੇ ਇਹ ਤੁਸੀਂ ਦੇਖ ਲਓ ਜਿਹੜਾ ਮੁਸਲਮਾਨ ਹੁੰਦਾ ਹੈਗਾ ਕਹਾਵਣ ਬੜਾ ਮੁਸ਼ਕਲ, ਮੈਂ ਇੱਕ ਮੁਸਲਮਾਨ ਹੈਗਾ ਕਹਾਵਣ ਬੜਾ ਮੁਸ਼ਕਲ। ਮੁਸਲਮਾਨ ਮੋਮ ਦਿਲ ਹੋਵੇ ਅੰਤਰ ਦੀ ਮਲ ਦਿਲ 'ਤੇ ਧੋਵੇ, ਉਹ ਜਿਹੜਾ ਅੰਤਰ ਦੀ ਮਲ ਦਿਲ 'ਤੇ ਧੋਣੀ ਕਿ ਉਹਨੂੰ ਉਹ ਹੈਗਾ ਤਰਕ ਕਰਨਾ, ਕਾਮ ਕਰੋ ਲੋਭ ਮਕਾਰ ਨੂੰ, ਤਰੀਕਤ ਦਾ ਹੱਜ ਜਿਹੜਾ ਉਹ ਦਿਲ 'ਤੇ ਹੁੰਦਾ ਹੈਗਾ। ਜਿਹੜਾ ਸ਼ਰੀਅਤ ਦਾ ਹੱਜ ਹੁੰਦਾ ਉਹ ਕਾਬਾ ਹੈਗਾ, ਉਹਨੂੰ ਸੱਜੇ ਹੱਥ ਰੱਖੀਦਾ, ਖੱਬੇ ਹੱਥ ਨਹੀਂ ਰੱਖੀਦਾ। ਖੱਬੇ ਹੱਥ ਲਾ ਇਲਾ ਹੁੰਦੇ ਮੈਂ ਛੱਡ ਦਿੱਤਾ ਆਪਣੇ ਕਬੀਲੇ ਦਾ ਪਿਓ, ਛੱਡ ਕੇ ਤਾਂ ਤੂੰ ਪੱਕਾ ਹਰਾਮੀ ਬਣ ਗਿਆ। ਇਸ ਕਰਕੇ ਹੱਜ ਜਾਂਦੇ ਨੇ ਉੱਥੇ ਪੱਕੇ ਹਰਾਮੀ ਬਣ ਕੇ ਆਉਂਦੇ ਨੇ, ਅਤੇ ਫਿਰ ਛੱਡ ਕੇ ਲਾ ਇਲਾ ਕਰਕੇ ਫਿਰ ਉਸ ਪਾਸੇ ਮੂੰਹ ਕਰਕੇ ਨਮਾਜ਼ਾਂ ਪੜ੍ਹਨ ਦਾ ਕੀ ਮਤਲਬ ਹੈਗਾ? ਅੱਲਾ ਨੂੰ ਉਹ ਤਾਂ ਇਲਾ ਨੂੰ ਤਾਂ ਛੱਡਿਆ ਤੁਸੀਂ, ਇਲਾ ਜਿਹੜਾ ਕਬੀਲੇ ਦਾ ਪਿਓ ਜਿਹੜਾ ਆਦਮ ਦਾ ਪੁੱਤਰ ਹੈਗਾ ਉਹਨੂੰ ਤਾਂ ਛੱਡਿਆ, ਉੱਧਰ ਨੂੰ ਮਸੀਤ ਉੱਧਰ ਨੂੰ ਕਾਬੇ ਵੱਲ ਨੂੰ ਮੂੰਹ ਕਰਕੇ ਤਾਂ ਮਸੀਤ ਕਾਹਦੀਆਂ ਤੁਸੀਂ ਪੜ੍ਹਦੇ ਹੈਗੇ ਆਪਣੇ ਨਮਾਜ਼ਾਂ ਵਗੈਰਾ? ਇਹ ਸਾਰਾ ਜਿਹੜਾ ਹੈਗਾ ਨਾ ਮੁੱਲਾ, ਇਹ ਉਹਦੀਆਂ ਹੈਗੀਆਂ। ਜਿਹੜਾ ਅੱਲਾ 'ਚ ਹੋਵੇ ਉਹ ਨਮਾਜ਼ ਨਹੀਂ ਪੜ੍ਹਦਾ, ਕੋ ਅੱਲਾ ਉਹਦੇ ਘਰ 'ਚ ਇੱਥੇ ਹੈਗਾ, ਉਹਨੇ ਅੱਲਾ ਦਾ ਸ਼ੁਕਰੀਆ ਕਰਨਾ ਹੈਗਾ ਉਹਦੇ ਗੁਣ ਗਾ ਕੇ, ਨਮਾਜ਼ ਨਹੀਂ ਪੜ੍ਹਨਾ ਉਹਨੇ, ਨਾ ਉਹ ਹੱਜ ਅਤੇ ਨਾ ਉਹ ਸੁਨਤ ਕਰਦੇ ਨੇ। ਸੁਨਤ ਜਿਹੜੀ ਹੈਗੀ ਇਹ ਇਬਰਾਹਿਮ ਦੀ ਆਇਜ਼ਕ ਨੂੰ ਹੈਗੀ, ਸਿਰਫ ਆਇਜ਼ਕ ਦੇ ਪੁੱਤਰ ਹੀ ਸੁਨਤ ਕਰ ਸਕਦੇ, ਹੋਰ ਨਹੀਂ ਕਰ ਸਕਦਾ ਕੋਈ ਵੀ। ਉੱਥੇ ਮੰਦਰ 'ਚ ਉੱਥੇ ਜਿਹੜੇ ਜਰੂਸਲਮ ਸੀਗਾ ਉੱਥੇ ਜਿਹੜੇ ਸੀਗੇ ਨਾ ਰਬਾਈ ਪ੍ਰੀਸਟ, ਉਹ ਪੈਸੇ ਦੀ ਖਾਤਰ ਲੋਕਾਂ ਨੂੰ ਬਣਾਉਣ ਲਈ ਆਪਣੇ ਚੇਲਾ ਉਹ ਸੁਨਤ ਕਰ ਦਿੰਦੇ ਸੀ ਬਾਹਰਲਿਆਂ ਦੀ ਵੀ। ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਵੜੇ ਨਾ ਬਾੜੇ 'ਚ, ਉਦੋਂ ਉਹਨਾਂ ਨੇ ਆਮ ਕਰ ਦਿੱਤੀ ਸੁਨਤ, ਅਤੇ ਸੁਨਤ ਕਰ ਦਿੱਤੀ ਅਤੇ ਨਾਲੇ ਕੋਸ਼ਰ ਜਿਹੜਾ ਸੀਗਾ ਉਹ ਹਲਾਲ ਕਰ ਦਿੱਤਾ। ਕੋਸ਼ਰ ਦਾ ਹੁੰਦਾ ਵੀ ਜਿਹੜਾ ਖੂਨ ਹੈਗਾ ਨਾ ਇਹਦੇ 'ਚ ਜਾਨ ਹੁੰਦੀ ਹੈਗੀ, ਖੂਨ ਨਿਕਲ ਜਾਏ ਆਦਮੀ ਦੀ ਜਾਨ ਨਿਕਲ ਜਾਂਦੀ ਹੈਗੀ, ਉਹ ਜਾਨ ਜਿਹੜੀ ਹੈਗੀ ਉਹ ਹੈਗੀ ਅੱਲਾ ਦੀ। ਇਹ ਇੰਨੇ ਪਖੰਡੀ ਹੈਗੇ, ਉਹਨੂੰ ਮਾਰਿਆ ਜਾਨ ਵਾਲੀ ਨੂੰ
ਕੁੱਕੜ ਮਾਰਿਆ ਜਾਂ ਬੱਕਰਾ ਝਟਕਿਆ ਅਤੇ ਉਹਦਾ ਖੂਨ ਉਹਦਾ ਜਿਹੜਾ ਨਿਚੋੜਦੇ ਨੇ ਵੀ ਅੱਲਾਹ ਤੇਰੀ ਅਸੀਂ ਜਾਨ ਨਹੀਂ ਲੈਂਦੇ, ਇਸ ਤਾਂ ਮਾਸ ਖਾਣਾ ਹੈਗਾ ਅਤੇ ਇਹ ਹੈਗਾ ਪਖੰਡ ਅਤੇ ਉਹਨੂੰ ਕੋਹ ਕੋਹ ਕੇ ਮਾਰਦੇ ਨੇ ਅਤੇ ਬੜਾ ਬੇਰਹਿਮੀ ਨਾਲ, ਉਹ ਜਿਹੜਾ ਬੇਰਹਿਮੀ ਨਾਲ ਮਾਰਨਾ ਉਹ ਅੱਲਾਹ ਦੇ ਘਰ ਘਰ ਕਿੱਦਾਂ ਚਲੇ ਜਾਏਗਾ, ਉਹ ਤਾਂ ਸ਼ੈਤਾਨ ਦਾ ਪੁੱਤਰ ਹੈਗਾ। ਇਸ ਕਰਕੇ ਹੁਣ ਕੱਲ੍ਹ ਉਹਦਾ ਅਖੀਰ ਹੈਗਾ ਅਤੇ ਬਹੁਤ ਸਾਰੀਆਂ ਜਿਹੜੀਆਂ 1947 'ਚ ਜਿੱਦਾਂ ਹੋਇਆ ਸੀ ਨਾ ਸਾਡੇ ਪੰਜਾਬ ਵਿੱਚ ਜੱਟਾਂ ਨੇ ਜੱਟ ਮਾਰੇ ਕਿ ਉਹ ਬਣ ਗਏ ਸੀ ਸਿੱਖ, ਸਿੱਖਾਂ ਦੇ ਪੁੱਤਰ ਅਤੇ ਉਹ ਮੁਸਲਮਾਨਾਂ ਦੇ ਪੁੱਤਰ, ਪੁੱਤਰ ਹੁੰਦੇ ਕੌਮਾਂ ਦੇ, ਇੱਕੋ ਕੌਮ ਦੇ ਪੁੱਤਰ, ਇੱਕੋ ਹੀ ਗੋਤ ਦੇ ਪੁੱਤਰ, ਬਾਜਵਾ ਜੱਟ ਹੋਏ ਜਾਂ ਹੋਰ, ਉਹਨਾਂ ਨੇ ਜੁਦਾ ਜੁਦਾ ਹੋ ਗਿਆ, ਅੱਧੇ ਪਾਕਿਸਤਾਨ ਵਿੱਚ ਰਹਿ ਗਏ, ਅੱਧੇ ਇੰਡੀਆ 'ਚ ਆ ਗਏ। ਜਦੋਂ ਰਸਤੇ 'ਚ ਆਏ ਉਹਨਾਂ ਨੇ ਜਿਹੜੇ ਸੀਗੇ ਲੋਕਾਂ ਨੇ ਮਾਰਿਆ ਉਹਨਾਂ ਨੂੰ, ਇਸੇ ਵੀ ਪਾਕਿਸਤਾਨੀ ਸੀਗੇ। ਜਦੋਂ ਫਾਦਰ ਨੂੰ ਆਇਆ ਸਾਡੇ ਪਿੰਡ 2000 ਰਾਹੀਂ ਹਮਲਾ ਕਰਨ, ਅਤੇ ਉਹ ਕੁਦਰਤੀ ਉਹ ਰਾਹੀਂ ਜਿਹੜਾ ਸੀਗਾ ਹਮਲਾ ਕਰਨ ਵਾਲਾ ਨਿਜ਼ਾਮਉਦੀਨ ਦਾ ਸੀਗਾ, ਅਤੇ ਸਾਡਾ ਪਿੰਡ ਸੀਗਾ ਧਨੁਆਣਾ 91 RB, ਅਤੇ 82 ਨੂੰ ਕੱਢਿਆ ਸਾਡੇ ਘਰ। ਕਿਉਂ ਜਿਹੜਾ ਜ਼ਹਿਰਦਾ ਸੀਗਾ ਉਹਦਾ ਸਾਡਾ ਮੇਰਾ ਤਾਇਆ ਦੋਸਤ ਸੀਗਾ, ਜਾਂ ਉਹਨੂੰ ਬੁਲਾ ਕੇ ਲਿਆ ਵੀ ਤੁਸੀਂ ਆਦਮੀ ਪਿੰਡ 'ਚ ਕਿਉਂ ਇਕੱਠੇ ਕੀਤੇ ਹੋਏ, ਉਹ ਆ ਜਾਂਦੇ ਸੀ ਸਾਡੀ ਮਦਦ ਕਰਨ ਲਈ। ਅਤੇ ਜਦੋਂ ਫਾਦਰ ਨਾਲ ਚਲੇ ਗਏ ਅਤੇ ਫਾਦਰ ਉੱਥੇ ਉਹ ਮੰਜੇ 'ਤੇ ਡੱਟ ਕੇ ਬੈਠਾ, ਉਹ ਵੀ ਬਹਿ ਗਏ, ਉਹਨੇ ਗੁੱਸਾ ਕੀਤਾ, ਇਹਨਾਂ ਨੂੰ ਭੁੱਲੇ ਬਹਿਣਾ ਚਾਹੀਦਾ, ਪਾਕਿਸਤਾਨ ਹੈਗਾ ਸਾਡਾ। ਜਦੋਂ ਫਾਦਰ ਨੇ ਦੱਸਿਆ ਨਾ ਅਸੀਂ ਜੱਟ ਜੰਮੇ ਅਤੇ ਜੱਟਾਂ ਨੇ ਮਰਨਾ ਹੈਗਾ, ਤੁਸੀਂ ਅਰਾਈ ਅਰਾਈਆਂ ਨੇ ਮਰਨਾ, ਹਿੰਦੂ ਸਿੱਖ ਮੁਸਲਮਾਨ ਇਹ ਰੂਹ ਹੈਗੀ, ਇਹ ਜਿਸਮ ਨਹੀਂ ਹੈਗਾ, ਫਾਇਦਾ ਨਹੀਂ ਹੁੰਦਾ। ਉਹਨੂੰ ਚੌਧਰੀ ਛੋਟੂ ਰਾਮ ਦਾ ਦੱਸਿਆ, ਇਹ ਤਾਂ ਕਬੀਰ ਹੈਗੀ ਇੱਕ, ਜਦੋਂ ਉਹਦੇ ਪੱਲੇ ਪੈ ਗਈ ਇਹ ਅਕਲ, ਅਤੇ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਈ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੋਹਨਦਾਸ ਕਰਮਚੰਦ ਗਾਂਧੀ ਬਾਣੀਆ, ਅਤੇ ਲਾਲਾ ਮੁਹੰਮਦ ਅਲੀ ਜਿਹੜਾ ਬੱਬਲਾ ਪਾਟੀਆ। ਇਹਨਾਂ ਤਿੰਨਾਂ ਲਾਲਿਆਂ ਦੀ ਜਦੋਂ ਸ਼ਰਾਬ ਸਮਝਾਈ, ਉਹਦੇ ਪੈ ਗਈ ਪੱਲੇ, 2000 ਨੂੰ ਕਹਿੰਦਾ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਅਤੇ ਫਾਦਰ ਨੂੰ ਕਹਿੰਦੇ ਵੀ ਚੱਲ ਚੱਲੋ ਲਾਹੌਰ ਚੱਲੀਏ, ਆਪਾਂ ਤਬਾਦਲਾ ਰੁਕਾਈਏ। ਫਾਦਰ ਕਹਿੰਦੇ ਟੂ ਲੇਟ ਹੈਗਾ, ਇਹ ਨਹੀਂ ਰੁਕਣ ਵਾਲਾ। ਯਾਨੀ ਇਹਦੇ ਜਦੋਂ ਦੋਨਾਂ ਹੀ ਅਸੀਂ ਅੱਲਾਹ ਦੇ ਘਰ ਵੜ ਗਏ, ਨੂਰ ਨੂਰ ਜਦੋਂ ਦਿੱਤਾ ਨਾ, ਅਤੇ ਉਹ ਰਾਈ ਸਮਝ ਗਿਆ ਦੋਨੋਂ ਅੱਲਾਹ ਦੇ ਘਰ ਸੀਗੇ, ਸਾਡੇ 'ਚ ਕੋਈ ਦੁਸ਼ਮਣੀ ਨਹੀਂ ਸੀਗੀ, ਕਿਸੇ ਦੋਨੋਂ ਅੱਲਾਹ ਦੇ ਪੁੱਤਰ ਸੀਗੇ। ਅਤੇ ਉਹਦੇ ਹਿਫਾਜ਼ਤ ਨਾਲ ਫਿਰ ਅੱਲਾਹ ਨੇ ਹੱਥ ਸਾਡੇ 'ਤੇ ਰੱਖ ਕੇ ਤਾਂ ਸਾਨੂੰ ਪਾਕਿਸਤਾਨ ਤੋਂ ਇੰਡੀਆ ਲਿਆਂਦਾ, ਟਰੱਕ ਮਿਲ ਗਿਆ ਜੀ, ਉਹਦੇ 'ਚ ਟਰੱਕ 'ਚ ਆ ਗਿਆ, ਇਸੀ ਗੱਡਿਆਂ 'ਚ ਨਹੀਂ ਉਹ ਖੱਜਲ ਖੁਆਰ ਹੋਏ। ਅਤੇ ਇਸ ਕਰਕੇ ਤੁਸੀਂ ਆਪਣੇ ਅੱਲਾਹ ਦੇ ਘਰ ਵੜੋ, ਅੱਲਾਹ ਤੁਹਾਨੂੰ ਫਿਰ ਅੱਲਾਹ ਦੇ ਘਰ ਵੜੋ, ਅੱਲਾਹ ਦੇ ਘਰ ਇੱਥੇ ਸਿਰਫ ਰਹਿਣ ਦੇ ਲਾਜ਼ਮੀ ਵੜ ਸਕਦਾ ਹੈਗਾ, ਮਾਰਨ ਵਾਲਾ ਨਹੀਂ ਵੜ ਸਕਦਾ, ਮਾਰਨ ਵਾਲਾ ਇੱਥੇ ਹੀ ਥੱਲੇ ਸ਼ੈਤਾਨ ਹੈਗਾ, ਅਤੇ ਉਹਦਾ ਜਿਹੜਾ ਹੈਗਾ ਸ਼ੈਤਾਨ ਦੇ ਉਹ ਮੈਂ ਆ ਹੈਗਾ ਕਾਬਾ ਦੇ ਸ਼ੈਤਾਨ ਜਿਹੜੇ ਨੇ ਤਿੰਨ, ਅਲਜਮਰ ਅਲਅਕਸਾ ਜਿਹੜਾ ਹੈਗਾ ਇਹ ਅੱਜ ਕੱਲ੍ਹ ਚੱਲ ਰਿਹਾ ਹੈਗਾ, ਪ੍ਰੈਜੀਡੈਂਟ ਮੋਰਸੀ ਜਿਹੜਾ ਸੀ ਨਾ ਇਜਿਪਟ ਦਾ ਉਹ ਵੀ ਸ਼ੈਤਾਨ ਸੀਗਾ, ਅਲਜਮਰ ਅਲਅਕਸਾ ਮੁਸਲਿਮ ਬ੍ਰਦਰਹੁੱਡ, ਇਹ ਜਿਹੜੇ ਕਹਿੰਦੇ ਆਯਤੁੱਲਾ ਵਗੈਰਾ ਕਹਿੰਦੇ ਇਹ ਵੀ ਮੁਸਲਿਮ ਬ੍ਰਦਰਹੁੱਡ ਇੱਥੇ ਆਉਂਦੇ ਨੇ। ਮੁਸਲਿਮ ਬ੍ਰਦਰਹੁੱਡ ਜਿਹੜੀ ਹੁੰਦੀ ਉਹ ਤਾਂ ਅੱਲਾਹ ਦੇ ਘਰ ਹੁੰਦੀ ਹੈਗੀ, ਮੈਂ ਵੀ ਇੱਕ ਮੁਸਲਮਾਨ ਹੈਗਾ, ਮੁਸਲਮ ਇਮਾਨ ਪੱਕਾ ਇਮਾਨ ਵਾਲਾ, ਇਹ ਜਿਹੜੇ ਮੁਸਲਮਾਨ ਹੈਗੇ ਇਹ ਤਾਂ ਆਪਣੇ ਪਿਓ ਨੂੰ ਵੀ ਪਿਓ ਦੇ ਨਹੀਂ ਹੈਗੇ, ਲਾ ਇਲਾ ਕਰਕੇ ਆਉਂਦੇ ਨੇ, ਪਿਓ ਆਪਣਾ ਛੱਡ ਕੇ ਤਾਂ ਮੁਸਲਮਾਨ ਕਿੱਧਰੋਂ ਬਣ ਜਾਣਗੇ। ਜਿਹੜਾ ਹਰ ਅੱਲਾਹ ਹੈਗਾ ਨਾ ਇਹ ਇਲਾ ਤੋਂ ਬਣਿਆ, ਇਲਾ ਹੈਗਾ ਆਪਣੇ ਕਬੀਲੇ ਦਾ ਪਿਓ, ਜਿੱਦਾਂ ਮੇਰਾ ਕਬੀਲਾ ਜੱਟ ਹੈਗਾ, ਜਦੋਂ ਮੈਂ ਕਹਿੰਦਾ ਮੈਂ ਜੱਟ ਦਾ ਪੁੱਤਰ ਹੈਗਾ, ਮੈਂ ਇਲਾ ਦਾ ਬਣ ਜਾਂਦਾ, ਇਹਨੂੰ ਕਹਿੰਦੇ ਬਾ ਇਲਾ। ਅਤੇ ਇਹ ਸਾਰੇ ਕਬੀਲਿਆਂ ਦੇ ਆਪਣੇ ਆਪਣੇ ਪਿਓ ਹੈਗੇ ਨੇ, ਸਾਡਾ ਇੱਕ ਪਿਓ ਰੂਹ ਦਾ ਹੈਗਾ, ਉਹਨੂੰ ਕਹਿੰਦੇ ਅਲ ਇਲਾ, ਉਹ ਹੈਗਾ ਅੱਲਾ ਰੂਹ ਦਾ ਪਿਓ। ਇਹ ਜਿਹੜੇ ਮੁੱਲਾ ਹੈਗੇ ਨੇ ਇਹਨਾਂ ਨੂੰ ਪੁੱਛੋ ਵੀ ਅੱਲਾਹ ਦਾ ਜਿਹੜਾ ਓਰੀਜਨ ਹੈਗਾ, ਅੱਲਾਹ ਕਿੱਥੋਂ ਹਰਫ ਨਿਕਲਿਆ, ਇਹਦਾ ਮਤਲਬ ਕੀ ਹੈਗਾ, ਇਹ ਨਹੀਂ ਦੱਸ ਸਕਦੇ। ਅਵਲ ਅੱਲਾਹ ਨੂਰ ਪਾਇਆ,
ਕੁਦਰਤ ਦੇ ਸਭ ਬੰਦੇ, ਆ ਕੁਦਰਤ ਦੇ ਹੈਗੇ ਸਾਰੇ ਬੰਦੇ, ਨੂਰ ਜਿਹੜਾ ਮੇਰੇ ਚ ਰੂਹ ਹੈਗੀ ਉਹ ਅੱਲਾ ਦੀ ਹੈਗੀ। ਇਸ ਕਰਕੇ ਅੱਲਾ ਵਿੱਚ ਆਦਮੀ ਅਤੇ ਔਰਤ ਇੱਕ ਬਰਾਬਰ ਹੁੰਦੇ ਨੇ, ਅਤੇ ਉਹ ਦੋਨੋਂ ਹੀ ਪੁੱਤਰ ਹੁੰਦੇ ਨੇ ਅੱਲਾ ਦੇ। ਉਹਦੇ 'ਚ ਧੀ ਕੋਈ ਨਹੀਂ ਹੁੰਦੀ ਅੱਲਾ ਦੀ, ਔਰਤ ਕੋਈ ਨਹੀਂ ਹੁੰਦੀ, ਸਾਰੇ ਪੁੱਤਰ ਹੁੰਦੇ ਨੇ। ਇਸ ਕਰਕੇ ਜੀਜੇ ਕਹਿੰਦਾ ਆਏ ਬੇਬ ਜੀ ਦੀ ਫਿਸ਼ਰਸ ਆਫ ਮੈਨ, ਜਿਹੜੇ ਰੂਹ ਦੇ ਹੈਗੇ ਬੰਦੇ, ਜਿਸਮ ਦੇ ਨਹੀਂ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਸਿੰਪਲ ਸਿੰਪਲ, ਇਹ ਸਾਰੀਆਂ ਇੱਥੇ ਹੈਗੀਆਂ, ਕਿਤਾਬਾਂ 'ਚੋਂ ਨਹੀਂ ਮਿਲਦੀਆਂ। ਉਹਨੂੰ ਮਿਲਦੀ ਜਿਹੜਾ ਆਪ ਸੋਚੇ, ਗਿਆਨੀ ਉਹ ਜੋ ਆਪ ਵਿਚਾਰੇ। ਅੱਗੇ ਤੁਹਾਡੀ ਮਰਜ਼ੀ, ਜੱਟ ਦਾ ਗੱਡਾ ਨਹੀਂ ਖੜਿਆ ਹੋਇਆ, ਅਸੀਂ ਤਾਂ ਇਹੀ ਮਰਾਓ ਜਿੱਦਾਂ, ਜੇ ਨਹੀਂ ਅੱਲਾ ਦੇ ਕਰੋਗੇ ਕੰਮ, ਅੱਲਾ ਦੇ ਘਰ ਨਹੀਂ ਵੜੋਗੇ ਤਾਂ ਕੁੱਟ ਮਾਰ ਖਾਓਗੇ।